سوال ਨਾਲ ਕਿ ਕੋਈ ਇੱਕ ਮੁਕਾਬਲਾ ਜਾਂ ਕੋਈ ਇੱਕ ਜਿਹੜਾ ਨਾ ਯਾਦਗਾਰ ਜਿਹੜੀ ਕਿ ਤੁਹਾਨੂੰ ਬਹੁਤ ਯਾਦ ਰਹਿੰਦੀ ਹੈ ਇਸ ਸਵਾਲ ਨਾਲ ਪੂਰੇ ਹੁਣ ਤੱਕ ਜਿੰਨਾ ਤੁਸੀਂ ਕਬੂਤਰ ਪਰ ਨਾਲ ਜੁੜੇ ਹੋ ਔਰ ਮੁਲਕਾਂ-ਮੁਲਕਾਂ ਵਿੱਚ ਫੇਰੇ ਹੋ ਕੋਈ ਐਸੀ ਇੱਕ ਯਾਦ ਜਿਹੜੀ ਤੁਹਾਡੇ ਦਿਲ ਤੇ ਨਕਸ਼ੇ ਤੇ ਤੁਹਾਡੇ ਦਿਲ ਦੇ ਬੜੇ ਕਰੀਬੀ ਹੈ 96 ਇੱਕ ਮੁਕਾਬਲਾ ਸੀ ਲਾਰਜ ਤੇ ਤਕਰੀਬਨ आंधी आ गई सब लोगों के कबूतर कुछ उत्ते सन मेरे भी सन खसूसन ए टैडी कबूतर है वो किसी नौड़ उम्मीद नहीं कबूतर काफ़ी तूफान से लोगों दखतलिफ ब्रीड़ा सन मेरे को टाइम टैडी नहीं ਤੇ ਮੇਰੇ ਟੈਰੀ ਕਬੂਤਰ ਹੁੰਦੇ ਸਨ ਲਾਰਜ ਕੋਈ ਕਬੂਤਰ ਨਹੀਂ ਆਇਆ ਤੇ ਸ਼ਾਮ ਨੂੰ ਵਾਹਿਦ ਕਬੂਤਰ ਹੈ ਇਸ ਤੋਂ ਇੱਕ ਅੰਦਾਜ਼ਾ ਹੁੰਦਾ ਜਿਹੜੀ ਇਹਨਾਂ 'ਚ ਇੱਕ ਖੂਬੀ ਅੱਲਾਹ ਤਾਲਾ ਨੇ ਜਿਹੜੇ ਦੂਸਰਿਆਂ ਨਾਲ منفرد ਇਹਨਾਂ ਨੂੰ علیحدہ ਕਰਦੀ ਕਿ ਇਹ ਗਰਾਈ ਐਨੀ ਸਨ ਕਿਉਂਕਿ ਉਸ ਅਦੇਰੀ 'ਚ ਉਹ ਪਰਿੰਦਾ ਮੁਕਾਬਲਾ ਲੈ ਸਕਦਾ ਨਹੀਂ ਇਤਫਾਦ ਸੀ ਇਹ ਗਰਾਈ ਐਨੀ ਸਨ ਕਿ ਇਹ ਉਤੋਂ ਨਿਕਲ ਆਇਆ ਸੀ 1:00 ਵਜੇ ਸ਼ਾਮ ਨੂੰ ਬਾਕੀ ਕਿਸ ਕੋਈ ਪਰਿੰਦਾ ਲੋਰ ਦੇ ਵਿੱਚ ਨਹੀਂ ਸੀ ਬੈਠਾ ਉਹ ਮੈਂ ਜ਼ਿੰਦਗੀ ਦਾ ਮੇਰਾ ਯਾਦਗਾਰਾ ਹੋਰ ਲੋਰ ਚ ਮੋਰਫਰੇਟ ਬੈਠੇ ਸਨ ਗਾਲੇ ਨੇ ਕਿ ਜ਼ਿਆਦਾ ਉੱਡ ਕੇ ਕਰ ਇਹ ਨਹੀਂ ਕਿ ਹੋਰ ਕੋਈ ਬਰੀਡ ਨਹੀਂ ਕਰਾਈ ਤੇ ਇਹਦੇ ਚ ਅੱਲਾ ਨੇ ਖਾਸ ਖਸੂਸੀਅਤ ਪਾਈ ਸੀ ਕੁ ਜਿਹੜੀ ਉਹ ਹੰਦੇਰੀ ਆਈ ਉਸ ਤੋਂ ਜ਼ਿਆਦਾ ਗ੍ਰਾਈ ਚੁੜਦੇ ਤੇ ਜਿਹੜਾ ਪਰਿੰਦਾ ਜਿਤਨੀ ਜ਼ਿਆਦਾ ਹਾਈਟ ਤੇ ਹੋਏਗਾ ਉਹ ਉਤਰਾਂ ਜ਼ਿਆਦਾ